ਪੰਜਾਬੀਓ ਪੰਜਾਬੀ ਸਿੱਖੋ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ। ਲਓ ਵੀ ਸਾਥੀਓ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਦੱਸਣ ਵਿੱਚ ਕਿ 2009 ਤੋਂ ਪੰਜਾਬੀ ਵਰਲਡ ਕਾਨਫਰੰਸ ਓਂਟੇਰੀਓ ਫਰੈਂਡਸ ਕਲੱਬ ਵੱਲੋਂ ਸ਼ੁਰੂ ਕੀਤੀ ਗਈ ਸੀ ਔਰ ਉਹ ਇੰਨੀ ਜ਼ਿਆਦਾ ਕਾਮਯਾਬੀ ਹੋਈ ਕਿ ਉਸ ਦੀ ਕਾਮਯਾਬੀ ਨੂੰ ਦੇਖਦਿਆਂ ਹੋਇਆਂ ਪੰਜਾਬੀ ਵਰਲਡ ਕਾਨਫਰੰਸ ਹਰ 2 ਸਾਲਾਂ ਬਾਅਦ ਹੋ ਰਹੀ ਹੈ ਔਰ ਉਹਦੇ ਵਿੱਚ 100 ਤੋਂ ਜ਼ਿਆਦਾ ਵਿਦਵਾਨ ਪਹੁੰਚਦੇ ਨੇ ਅਤੇ 400 ਤੋਂ ਜ਼ਿਆਦਾ ਉੱਥੇ ਸਰੋਤੇ ਪਹੁੰਚਦੇ ਨੇ। ਖਚਾ ਖਚ ਭਰਿਆ ਹੁੰਦਾ ਹੈ ਪ੍ਰੋਗਰਾਮ ਇਹ ਸਾਰਾ ਔਰ ਇਹ ਪ੍ਰੋਗਰਾਮ ਇੰਨੀ ਸਫਲਤਾ ਨਾਲ ਹੁੰਦਾ ਹੈ ਕਿ ਸਾਰੇ ਇਸ ਦੀ ਪ੍ਰਸ਼ੰਸਾ ਕਰਦੇ ਨੇ ਔਰ ਇਹ ਪ੍ਰੋਗਰਾਮ ਦੀ ਅਗਵਾਈ ਸਤਿਕਾਰਯੋਗ ਅਜੈਬ ਸਿੰਘ ਜੀ ਚੱਠਾ ਅਤੇ ਸਰਦਾਰ ਰਵਿੰਦਰ ਸਿੰਘ ਜੀ ਕੰਗ ਵੱਲੋਂ ਕੀਤੀ ਜਾਂਦੀ ਹੈ ਔਰ ਇਸ ਪ੍ਰੋਗਰਾਮ ਦੀ ਇਸ ਕਾਨਫਰੰਸ ਦੀ ਖੂਬੀ ਇਹ ਹੈ ਕਿ ਇਹ ਬੜੇ ਸੱਭਿਆਚਾਰਕ ਤਰੀਕੇ ਨਾਲ ਬੜੇ ਹਾਈ ਲੈਵਲ ਮੈਨਰਸ ਐਟੀਕੇਟਸ ਬੜੇ ਔਰਗੇਨਾਈਜ਼ ਤਰੀਕੇ ਨਾਲ ਇਹ ਕੀਤਾ ਜਾਂਦਾ ਹੈ ਔਰ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇੱਥੇ ਸਮੇਂ ਦਾ ਜਿੱਥੇ ਪਿਆਰ ਸਤਿਕਾਰ ਅਦਬ ਤਾਂ ਹੁੰਦਾ ਹੀ ਹੁੰਦਾ ਉੱਥੇ ਸਮੇਂ ਦੀ ਬੜੀ ਕਦਰ ਕੀਤੀ ਜਾਂਦੀ ਹੈ। ਹਰ ਪ੍ਰੋਗਰਾਮ ਸਮੇਂ ਸਿਰ ਸ਼ੁਰੂ ਹੁੰਦਾ ਸਮੇਂ ਸਿਰ ਸਮਾਪਤ ਹੁੰਦਾ ਅਤੇ ਹਰ ਬੋਲਣ ਵਾਲੇ ਦਾ ਜੋ ਵਿਸ਼ਾ ਹੁੰਦਾ ਉਹਦੇ 'ਤੇ ਹੀ ਬੋਲਦੇ ਨੇ, ਸਮੇਂ ਸਿਰ ਸ਼ੁਰੂ ਕਰਦੇ ਨੇ, ਸਮੇਂ ਸਿਰ ਸਮਾਪਤ ਕਰਦੇ ਨੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਹਾਈ ਲੈਵਲ ਦੀਆਂ, ਇਹ ਸਾਡੀ ਪੰਜਾਬੀ ਅਤੇ ਪੰਜਾਬੀ ਪੰਜਾਬੀਅਤ ਸੱਭਿਆਚਾਰ ਵਾਸਤੇ ਬੜੀਆਂ ਜ਼ਰੂਰੀ ਨੇ ਅਤੇ ਇਹ ਪ੍ਰਫੁੱਲਿਤ ਕਰਦੀਆਂ ਨੇ ਸਾਰੀਆਂ ਖੂਬੀਆਂ ਨੂੰ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਕਾਨਫਰੰਸ ਹੈ ਇਹ ਇਸ ਸਾਲ ਜੂਨ ਵਿੱਚ ਹੋ ਰਹੀ ਹੈ ਅਤੇ ਇਹ ਪੰਜਾਬੀ ਵਰਲਡ ਕਾਨਫਰੰਸ ਅਤੇ ਹੁਣ ਇਸ ਨੂੰ ਚੱਠੇ ਦੀ ਕਾਨਫਰੰਸ ਵੀ ਕਹਿੰਦੇ ਹਨ। ਮੈਂ ਇਹਨਾਂ ਵਾਸਤੇ ਸ਼ੁਭਕਾਮਨਾਵਾਂ ਅਤੇ ਢੇਰ ਸਾਰੀਆਂ ਦੁਆਵਾਂ ਭੇਜਦਾ ਹਾਂ। ਜ਼ਿੰਦਗੀ ਜ਼ਿੰਦਾਬਾਦ, ਖੁਸ਼ ਰਹੋ, ਖੁਸ਼ਹਾਲ ਰਹੋ, ਹੱਸਦੇ ਰਹੋ, ਵੱਸਦੇ ਰਹੋ। ਪੰਜਾਬੀ ਜ਼ਿੰਦਾਬਾਦ। ਥੈਂਕ ਯੂ।